ਤੁਸੀਂ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਪ੍ਰਧਾਨ ਨਹੀਂ ਮੰਨਣਾ ਚਾਹੁੰਦੇ ਸੀ, ਹੁਣ ਮੰਨ ਲਿਆ ਪ੍ਰਧਾਨ ਹੋਇਆ ਤਾਂ ਉਹਦੇ ਨਾਲ ਵਾਲੇ ਤਾਂ ਪ੍ਰਧਾਨ ਤਾਂ ਹੋ ਹੀ ਰਹੂਗਾ। ਸਾਡੇ ਲਈ ਇਸ਼ੂ ਹੈ ਜਿਹੜਾ ਉਹ ਪੰਥ ਤੇ ਪੰਜਾਬ ਦਾ ਹੈ, ਨਾ ਕਿ ਇੰਡੀਵਿਜੁਅਲ ਇਸ਼ੂ ਹੈ। ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਸਰਪ੍ਰਸਤ ਸਰਦਾਰ ਸੁਖਦੇਵ ਸਿੰਘ ਢੀਂਡਸਾ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸ਼ਾਮਿਲ ਹੋ ਗਏ ਨੇ। ਨਾਲ ਨੇ ਇਸ ਸਮੇਂ ਸਾਡੇ ਨਾਲ ਸਰਦਾਰ ਸੁਖਦੇਵ ਸਿੰਘ ਢੀਂਡਸਾ ਗੱਲਬਾਤ ਕਰਨਗੇ। ਸਰ, ਅੱਜ ਜਿਹੜੀ ਹੈਗੀ ਘਰ ਵਾਪਸੀ ਹੋਈ ਹੈ, ਇੱਕ ਸਮੇਂ ਜਿਹੜਾ ਹੈਗਾ ਤੁਸੀਂ ਇਸ ਕਰਕੇ ਜਿਹੜਾ ਚਲੇ ਗਏ ਕਿ ਤੁਸੀਂ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਪ੍ਰਧਾਨ ਨਹੀਂ ਮੰਨਣਾ ਚਾਹੁੰਦੇ ਸੀ, ਹੁਣ ਮੰਨ ਲਿਆ ਜੀ? ਉਹ ਤਾਂ ਕੁਦਰਤੀ ਹੈ, ਜਦੋਂ ਹੁਣ ਪ੍ਰਧਾਨਗੀ ਪ੍ਰਧਾਨ ਹੋਇਆ ਤਾਂ ਉਹਦੇ ਨਾਲ ਵਾਲੇ ਤਾਂ ਪ੍ਰਧਾਨ ਤਾਂ ਹੋ ਹੀ ਰਹੂਗਾ ਜੀ। ਅਸੀਂ ਗੱਲ ਇਹ ਹੈ ਕਿ ਹੁਣ ਤਾਂ ਸਾਡੇ ਲਈ ਇਸ਼ੂ ਹੈ ਜਿਹੜਾ ਉਹ ਪੰਥ ਅਤੇ ਪੰਜਾਬ ਦਾ ਹੈ, ਨਾ ਕਿ ਇੰਡੀਵਿਜੁਅਲ ਇਸ਼ੂ ਹੈ ਕੋਈ ਜੀ। ਇਸ ਕਰਕੇ ਉਹਦੇ ਵਾਸਤੇ ਅਸੀਂ ਤਕੜੇ ਹੋ ਕੇ ਲੜਾਂਗੇ। ਸਰ, 2022 ਦੇ ਵਿੱਚ ਜਿਹੜੀ ਹੈ ਭਾਰਤੀ ਜਨਤਾ ਪਾਰਟੀ ਦੇ ਨਾਲ ਤੁਹਾਡੇ ਵੱਲੋਂ ਜਿਹੜੀ ਮਿਲ ਕੇ ਜਿਹੜੀ ਹੈ ਸਰ ਰਲ ਕੇ ਚੋਣ ਲੜੀ ਗਈ ਸੀ, ਕੀ ਹੁਣ ਸਰ ਇਸ ਦੇ ਵੱਲ ਜਿਹੜਾ ਅੱਗੇ ਵਧਿਆ ਜਾਏਗਾ ਕਿ ਸਮਝੌਤਾ ਕਰਵਾਇਆ ਜਾਵੇ? ਕੋਈ ਨਹੀਂ ਵਿਚਾਰ ਹੋਇਆ ਜੀ। ਸਰ, ਕਿਸਾਨਾਂ ਦਾ ਮਸਲਾ ਹੱਲ ਕਰਵਾਉਣ ਨਾਲ ਕਿਸੇ ਅਸੀਂ ਖੜੇ ਹਾਂ ਜੀ, ਕਿਸਾਨਾਂ ਦੇ ਨਾਲ ਖੜੇ ਹਾਂ। ਤੇ ਸਰ, ਕਿਸੇ ਤਰੀਕੇ ਦੇ ਨਾਲ ਅੱਗੇ ਜਿਹੜਾ ਹੈਗਾ ਹੁਣ ਪਾਰਟੀ ਕਿਵੇਂ ਮਜ਼ਬੂਤ ਹੋਏਗੀ, ਜਿਹੜੇ ਆਗੂ ਜਾ ਚੁੱਕੇ ਨੇ ਉਹਨਾਂ ਨੂੰ ਵਾਪਸ ਲਿਆਉਣ ਦਾ ਤੁਹਾਡੇ ਵੱਲੋਂ ਯਤਨ ਕੀਤਾ ਜਾਏਗਾ? ਅਸੀਂ ਅਪੀਲ ਕੀਤੀ ਹੈ, ਦੁਬਾਰਾ ਕੋਸ਼ਿਸ਼ ਕਰਾਂਗੇ ਜੀ। ਦੇਖੋ, ਸੋ ਸਰਦਾਰ ਸੁਖਦੇਵ ਸਿੰਘ ਢੀਂਡਸਾ ਇਹਨਾਂ ਨੇ ਕਹਿਣਾ ਹੈ ਕਿ ਜਿਹੜੇ ਆਗੂ ਜਾ ਚੁੱਕੇ ਨੇ ਉਹਨਾਂ ਨੂੰ ਮੁੜ ਤੋਂ ਘਰ ਵਾਪਸੀ ਲਿਆਉਣ ਦਾ ਜਿਹੜਾ ਯਤਨ ਕੀਤਾ ਜਾਵੇਗਾ। ਹਾਲਾਂਕਿ ਇਹ ਗੱਲ ਉਹਨਾਂ ਨੇ ਸਾਫ਼ ਤੌਰ ਤੇ ਕਹੀ ਹੈ ਕਿ ਹਾਂ, ਹੁਣ ਉਹਨਾਂ ਨੇ ਸਰਦਾਰ ਸੁਖਬੀਰ ਸਿੰਘ ਬਾਦਲ ਹੋਣਾ ਨੂੰ ਆਪਣਾ ਪ੍ਰਧਾਨ ਮੰਨ ਲਿਆ। ਜਦੋਂ ਕਿ ਜਦੋਂ ਵਾਪ ਗਏ ਸਨ ਤਾਂ ਉਸ ਸਮੇਂ ਇਹ ਚਰਚਾ ਸੀ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਆਪਣਾ ਪ੍ਰਧਾਨ ਨਹੀਂ ਮੰਨ ਰਹੇ ਸਨ। ਕੈਮਰਾਮੈਨ ਰਿਸ਼ਵਿੰਦਰ ਦੇ ਨਾਲ ਮੈਂ ਹਰਦੀਪ ਕੌਰ, ਚੜ੍ਹਦੀ ਕਲਾ ਟਾਈਮ ਟੀਵੀ ਦੇ ਲਈ, ਚੰਡੀਗੜ੍ਹ।